ਸਲਾਮ ਅਲੈਕੁਮ ਮੇਰੀ ਮਾਂ। ਵਾਲੇਕੁਮ ਸਲਾਮ ਪੁੱਤ। ਕੀ ਨਾਂ ਆਪਣਾ? ਫਾਤਿਮਾ। ਤੇ ਤੁਹਾਡੇ ਅੱਬੇ ਦਾ ਕੀ ਨਾਂ? ਅਬਦੁੱਲਾ ਲੰਬੜਦਾਰ। ਤੇ ਆਪਣੀ ਕੌਮ ਕਿਹੜੀ ਆ? ਜੱਟ। ਤੇ ਗੋਤ? ਗੋਤ ਸੰਘੇ। ਸੰਧੇ? ਸੰਘੇ। ਸੰਘੇ, ਅੱਛਾ। ਤੇ ਪਿੱਛੇ ਆਪਣਾ ਪਿੰਡ ਕਿਹੜਾ ਸੀਗਾ? ਧਰਮੇੜੀ। ਦੱਸੋ ਤਾਂ ਧਰਮੇੜੀ ਦੇ ਬਾਰੇ। ਹੈ, ਉਹ ਆਪਣੇ ਪਿੰਡ ਦੇ ਬਾਰੇ ਕੋਈ ਗੱਲਬਾਤ ਦੱਸੋ ਨਾ, ਕਿੱਦਾਂ ਦਾ ਪਿੰਡ ਸੀਗਾ? ਬਹੁਤ ਸੋਹਣਾ ਪਿੰਡ ਤਾਂ ਪੱਕਾ ਸਾਰਾ। ਹਾਂ, ਕੋਈ ਜ਼ਮਾਨੇ ਦਾ। ਤਿੰਨ ਤਿੰਨ ਮਾਜਲੇ, ਚਾਰੇ ਖੁੰਝੇ, ਬੁਰਜ ਬਣਾਏ ਹੋਏ ਤੇ ਅਜਿਹੇ ਜਿਹੇ ਖੂਹ ਹੋਵਾ। ਹਾਂ ਹਾਂ, ਇਹੋ ਜਿਹੇ ਗੋਲ। ਅੱਛਾ, ਇੱਕ ਸਾਡੇ ਕੋਲ ਤਾਂ, ਇੱਕ ਉਹ ਉੱਥੇ ਹੋ, ਇੱਕ ਉਹ ਫਿਰ ਬਣਾਇਆ ਹੋਇਆ ਤਾਂ ਪਿੰਡ ਬਹੁਤ ਸੋਹਣਾ, ਛੋਟੀ ਇੰਟਾਂ ਗਾ। ਅੱਛਾ, ਥਾਂ 50-60 ਘਰ। ਹੂੰ ਹੂੰ, ਬਹੁਤਾ ਵੱਡਾ ਅੰਤਰ। ਫਿਰ ਮੂਹਰਾ ਜੰਨ ਘਰ ਪਾਇਆ ਹੋਇਆ ਤਾਂ। ਅੱਛਾ, ਫਿਰ ਉਹਦੇ ਪਿੱਛਾ ਮਸੀਤ ਇੰਨੀ ਕੁ ਸੋਹਣੀ ਸੀ ਨਾ, ਉਹ ਤਾਂ ਸਾਰੀਆਂ ਸੋਹਣੀਆਂ। ਹਾਂਜੀ ਹਾਂ, ਪਰ ਉਹ ਤਾਂ ਬਹੁਤ ਸੋਹਣੀ ਸੀ। ਠੀਕ ਆ। ਹੈਂ, ਫਿਰ ਬਾਣੀਆਂ ਗਈ ਹੱਟੀਆਂ ਦੇ ਕੋਲ। ਅੱਛਾ, ਹਾਂ, ਸਭ ਕੁਝ ਤਾਕੀ ਲੱਗੀ ਹੋਈ ਸੀ। ਅੱਛਾ, ਸਾਡੇ 10 ਘਰ ਹੋਣੇ ਪੂਰੇ। ਠੀਕ ਆ। ਤਿੰਨ ਤਿੰਨ ਮਜਲੇ। ਹੈਂ, ਕੋਲ ਪਿੰਡ ਤਾਂ ਨਹੀਂ, ਜਿਸ ਤਰ੍ਹਾਂ ਟਿਸਣ। ਹਾਂਜੀ, ਸਸਾ। ਹਾਂ ਹਾਂ, ਫਿਰ ਰਧਾਵੇਂ, ਕਮਾਲਪੁਰ, ਕਮਾਸਪੁਰ। ਠੀਕ ਆ। ਕਿਆਬਾ, ਰੱਤਾ ਖੇੜਾ, ਜਿੱਥੇ ਕੰਮ ਲੱਗਿਆ ਤਾ। ਠੀਕ ਆ। ਹਾਂ, ਬਥੇਰੇ ਤੇ ਰਾਤ ਨੂੰ ਉੱਠ ਕੇ ਜੇ ਮਾੜਾ ਜਿਹਾ ਤਾਰਾ ਦੇਖਣਾ ਕਹਿੰਦੇ ਆ ਗਏ, ਭੱਜ ਲੈਣਾ, ਅੱਖਾਂ ਨੂੰ ਮਰ ਜਾਣਾ। ਅੱਛਾ, ਮੁੰਦੇ ਪੈ ਜਾਣਾ, ਕੁਛ ਨਾ ਲੜਨਾ। ਫਿਰ ਸਵਾਦ ਮਾਰਾ ਕੰਪ ਮਹੀਨਾ ਰਿਹਾ। ਅੱਛਾ, ਤੁਰਕਾ ਗਏ ਜਿਸ ਤਰ੍ਹਾਂ ਉੜੇ ਤੇ ਫੈਸਲਾ, ਜਿਸ ਤਰ੍ਹਾਂ ਉੜੇ ਤੇ ਤੁਰੀ ਹੋਏ ਦੁਨੀਆਂ, ਲਾਈਨ ਬਣੀ ਹੋਈ, ਉਹ ਟੋਬਾ ਟੁੱਪ ਜਾ ਗੋਜਰੇ ਤੇ ਮੂਹਰਾ ਤੀ ਅਮਲਟਰੀ ਕੀ ਫੌਜ, ਜਿਹੜੇ ਮੰਦਰੇ ਮੰਦਰੇ ਜੇ ਹੋਵਾਂ, ਉਹਨਾਂ ਦੀ ਫੌਜ ਬਾਰੇ ਮੰਗ ਦਿੱਤੀ ਜਾ ਉਨੀ ਮਰਜ਼ੀ। ਠੀਕ ਆ। ਅੱਛਾ, ਤੁਹਾਡੀ ਅੰਮੀ ਦਾ ਕੀ ਨਾਂ ਸੀ? ਹੈਂ, ਅੰਮੀ ਦਾ ਕੀ ਨਾਂ ਸੀ? ਹਲੀਮਾ। ਤੁਸੀਂ ਕਿੰਨੇ ਭੈਣ ਭਾਈ ਸੀ? ਸਾਹਮਣੇ ਆਰਾਮ ਨਾਲ ਬੈਠ ਕੇ ਦੇਖੋ। ਅਸੀਂ ਭੈਣ ਭਾਈ ਤਿੰਨ ਤੇ। ਅੱਛਾ, ਤੁਹਾਡਾ ਕਿੰਨਵਾਂ ਨੰਬਰ ਸੀਗਾ? ਮੈਂ ਸਾਰਿਆਂ ਦੇ ਬੜਾ, ਮੇਰਾ ਭਾਈ। ਹਾਂ ਹਾਂ, ਫਿਰ ਮੈਂ, ਫਿਰ ਮੇਰੀ ਭੈਣ ਤੀ ਛੋਟੀ। ਅੱਛਾ, ਤੁਹਾਡੇ ਭਾਈ ਦਾ ਨਾਂ ਕੀ ਸੀਗਾ? ਸਜੀਕ। ਅੱਛਾ, ਉਹਦੇ ਨਾਲ ਆਇਸ਼ਾ, ਮੇਰੇ ਨਾਲ ਫਾਤਿਮਾ। ਠੀਕ ਆ। ਬਾਬ ਨਾਲ ਅਬਦੁੱਲਾ। ਠੀਕ ਆ। ਤੇ ਆਪਣੇ ਨਾਨਕੇ ਕਿੱਥੇ ਰਹਿੰਦੇ ਸੀਗੇ? ਹਰਾਣਾ ਤਾਂ ਇੱਧਰ। ਅੱਛਾ, ਕਿੰਨਾ ਕੁ ਦੂਰ ਸੀ ਹਰਾਣਾ? 12 ਮੀਲ। 12 ਮੀਲ, ਨਨਿਓਲਾ ਸ਼ਹਿਰ ਤੱਕ ਕੋਲ। ਅੱਛਾ, ਤੇ ਇਹ ਦੱਸੋ, ਹਾਂ, ਸਨੌਰ ਕੇ ਕੋਲ ਤਾਂ? ਅੱਛਾ ਅੱਛਾ, ਮਾਂ ਤੇ 12 ਮੀਲ ਤਾਂ। ਤੇ ਛੋਟੇ ਹੁੰਦਿਆਂ ਤੁਸੀਂ ਖੇਡਾਂ ਕਿਹੜੀਆਂ ਖੇਡਦੇ ਹੁੰਦੇ ਸੀਗੇ? ਹੈ, ਛੋਟੇ ਹੁੰਦਿਆਂ ਆ ਗੋਆ ਇਕੱਠਾ ਕਰ ਲਿਆ। ਹਾਂ, ਉਹਦੇ ਨੂੰ ਵਿਕਰੀ ਲਪੇਟ ਲਈ। ਹਾਂ, ਮਾਰ ਨੁੱਕ ਮਚਾਈਆਂ, ਬੜੇ ਬੜੇ 20-20 ਸਾਲ ਕੇ ਰਲੇ ਮਿਲੇ ਮੁੰਡੇ ਵੀ, ਕੁੜੀਆਂ ਵਿੱਚੋਂ ਖੇਡੀ ਜਾਂਦੇ। ਠੀਕ ਆ। ਨਾ ਰੇਡੂਏ ਤੇ, ਨਾ ਸਪੀਕਰ ਤੇ, ਨਾ ਕੋਈ ਸ਼ਾਇ ਨਹੀਂ ਸੀ। ਅੱਛਾ, ਨਾ ਸਕੂਲ ਵੀ ਹੈ ਨਹੀਂ ਸੀ? ਹੈ, ਸਕੂਲ, ਸਕੂਲ 4-4-5 ਮੀਲ ਪਰ ਤਾਂ ਕੋਈ ਪੜ੍ਹਿਆ ਹੋਇਆ। ਅੱਛਾ, ਤੁਹਾਨੂੰ ਫਿਰ ਸਕੂਲ ਨਹੀਂ ਭੇਜਿਆ ਤੁਹਾਡੇ ਅੱਬੇ ਨੇ? ਭੇਜਦਾ ਕਿੱਥੇ, ਜਾ ਹੈ ਨਹੀਂ ਤਾਂ, ਨਾ ਕਿਤੇ ਹੋਰ ਪਿੰਡ ਗਵਾਂਢ ਹੋਣਾ ਹੀ ਆ। 4-4-5-5 ਮੀਲ ਪਰ ਕਿੱਥੇ ਭੇਜਦੇ? ਉੱਥੇ ਤੱਕਾਂ ਆਉਣਾ, ਉੱਥੇ ਲੈਣ ਆਉਣਾ ਕੱਚੇ ਰਾਹ, ਕੋਈ ਸਕੂਟਰ ਨਾ। ਅੱਛਾ, ਜੇ ਇੱਕ ਸਕੂਟਰ ਆ ਗਿਆ ਦੇਖ ਲਿਆ, ਕਹਿਣਾ ਖਾਲ ਕੀ ਚੀਜ਼ ਆ ਗਈ। ਜੇ ਸਿਪਾਹੀ 12 ਮੀਲ ਤੋਂ ਪਟਿਆਲਾ ਤਾਂ 7 ਮੀਲ ਸਮਾਣਾ ਤਾਂ, ਉਹ ਵੀ ਤੁਰਕਾ ਜਾਣਾ। ਜੇ ਦਿਖ ਜਾਣਾ ਕਹਿਣ ਖਬਰ ਕੀ ਚੀਜ਼ ਆ ਗਈ, ਲੁਕ ਜੀ ਹੁਣ ਤਾਂ ਸਿਪਾਹੀਆਂ ਨੂੰ ਹੱਥ ਪਾਉਣ ਤਾਈ ਜਾ। ਠੀਕ ਆ, ਹੁਣ ਤੇ ਡਰਦੇ ਨਿਆਣੇ, ਅਸੀਂ ਤਾਂ ਲੁਕ ਲਿਆਂਗੇ। ਠੀਕ ਆ। ਜੇ ਸਕੂਟਰ ਦੇਖ ਲਿਆ ਕਹਿਣਾ ਖਬਰ ਕੀ ਚੀਜ਼ ਆ ਗਈ। ਸਾਰੇ ਪਿੰਡ ਮੈਂ ਇੱਕ ਸਾਈਕਲ। ਅੱਛਾ, ਸਕੂਟਰ ਤਾਂ ਹੈ ਨਹੀਂ ਤਾਂ, ਆ ਟੋਕੇ ਵਾਲੀ ਮਸ਼ੀਨ ਇੱਕ ਘਰ ਚ। ਠੀਕ ਆ। ਐਡੇ ਐਡੇ ਮਾਰੇ ਵਰਗੇ ਵੀ ਥੇਜ, ਗਹਿਣਾ ਬਥੇਰਾ ਤਾਂ। ਠੀਕ ਆ। ਟੁੰਮਾਂਗੇ ਪ੍ਰਾਂਤਾਂ ਤਾਂ, ਆਹ ਚੀਜ਼ਾਂ ਕੋਈ ਨਹੀਂ, ਟੋਕੇ ਹੱਥਾਂ ਨਾਲ ਕਰਨੇ। ਤੇ ਇਹ ਦੱਸੋ ਵੀ ਆਟਾ ਪਿਸਾਉਣ ਕਿੱਥੇ ਜਾਂਦੇ ਸੀਗੇ? ਤੀਵੀਆਂ। ਮੈਂ ਬਥੇਰਾ ਪੀਆ। ਅੱਛਾ, ਹਾਂ, ਹੱਥ ਵਾਲੀ ਚੱਕੀ ਨਾਲ? ਹਾਂ। ਖਰਾਸ ਨਹੀਂ ਸੀਗੇ? ਖਰਾਸ ਥਾਂ ਕੋਈ ਬਲਦ ਜੋੜ ਲਏ ਤਾਂ, ਕੋਈ ਨਹੀਂ ਜੋੜ ਲਿਆ ਇੱਕ ਤਾਂ। ਅੱਛਾ, ਮੈਂ ਆਪ ਪੀਆ ਬਥੇਰਾ 20-20 ਸਰ। ਅੱਛਾ, ਜਾਣਾ ਜਾਇਆ। ਤੇ ਪਾਣੀ ਕੌਣ ਲੈ ਕੇ ਆਉਂਦਾ ਸੀਗਾ ਖੂਹਾਂ ਤੋਂ? ਖੂਹਾਂ 'ਤੇ ਪਾਣੀ ਇੱਕ ਕੱਛ ਮਕੜਾ ਦੇ ਲੈਣਾ, ਇੱਕ ਸਿਰ ਪਰ ਧਰ ਲੈਣਾ, ਹੱਥ ਮੈਂ ਡੋਲ ਫੜ ਲੈਣਾ। ਅੱਛਾ, ਚੰਗੀ ਜਵਾਨ ਸੀ, ਕੋਈ ਪਤਾ ਨਹੀਂ ਲੱਗੇ ਤਾਂ ਬੋਝ ਬੋਝਾ। ਠੀਕ ਠੀਕ। ਮਿਰਚਾਂ 2-2 ਮਿੰਟ ਤੋੜ ਲੈਣੀਆਂ। ਅੱਛਾ, ਹਾਂ, ਗੋਲ ਮਿਰਚਾਂ ਹੋਣੀਆਂ, ਇੰਨੇ ਨਿੱਕੇ ਲੰਬੀਆਂ। ਅੱਛਾ, ਬਥੇਰੇ ਚੀਜ਼ਾਂ ਸੀ। ਬਾਗ ਬੂਗ ਵੀ ਸੀਗੇ? ਨਾ, ਕੋਈ ਬਾਗ ਬੂਗ ਨਹੀਂ ਤਾਂ, ਉੱਥੇ ਕਿਸੇ ਦਾ ਹੋਇਆ ਕਿਤੇ 5-4 ਮੀਲ ਪਰ ਕੋਈ ਅੰਬ ਉਂਬ ਲਾ ਲਿਆ, ਕੋਈ ਬਾਗ ਨਹੀਂ ਤਾਂ। ਤੇ
ਛੱਪੜ ਬਥੇਰੇ ਤੇ ਅੱਛਾ 10-15 ਪਿੰਡ ਗਿਆ ਗਾ ਹਾਂ ਹਾਂ ਘੱਗਰ ਚੱਲੇ ਦਾ ਠੀਕ ਆ ਜਦ ਉੱਠਦੇ ਤੇ ਪਿੰਡ ਕੀ ਗਾਇ ਲੱਗਦੇ ਦਾ ਹਾਂ ਮੇਰੇ ਪਿਓ ਨੂੰ ਕਹਿਣਾ ਇਹਨੂੰ ਲੰਬੜਦਾਰ ਕੋਈ ਦੇ ਦੇ ਤੂੰ ਟਾਵਾਂ ਛੱਲ ਮਾਰ ਕੇ ਵਗ ਜਾ ਉੱਚੇ ਪਰ ਪਿੰਡ ਦਾ ਪਾਣੀ ਬਹੁਤ ਨਹੀਂ ਆਉਂਦਾ ਤੇ ਮੱਛੀਆਂ ਕੋਈ ਅੰਤ ਨਹੀਂ ਹੋਵੇ ਤਾਂ ਅਸੀਂ ਕਹਿਣਾ ਮੁੱਲ ਵੀ ਲਏ ਕਰਾਂ ਆਹ ਚੀਜ਼ਾਂ ਹਾਂ ਬਹੁਤ ਕੁੱਤਾ ਪੁੱਤ ਠੀਕ ਆ ਅਸੀਂ ਤਾਂ ਜੰਮੇ ਪਏ ਸਨ ਤਾਂ ਉਹੀ ਮੁੜ ਅੱਖਾਂ ਮੁਹਰੋਂ ਫਿਰਾ ਘਰ ਖੇਤ ਸਭ ਚੀਜ਼ ਉੱਤੇ ਨਹੀਂ ਦੇਖਾ ਖੂਹ ਤੇ ਰੋੜੀ ਵਾਲਾ ਖੂਹ ਤਾਂ ਕੋਲ ਕਬਰ ਆਉਂਦੀਆਂ ਅੱਛਾ ਹਾਂ ਬਹੁਤ ਸੋਹਣੇ ਉਹ ਮੁਲਕ ਚੰਗਾ ਆਪਣੀ ਕੋਈ ਸਹੇਲੀ ਕੋਈ ਯਾਦ ਆਉਂਦੀ ਹੈ ਜਿਹਦੇ ਨਾਲ ਖੇਡਦੀ ਰਹੀ ਹੋਈ ਬਾਣੀਆਂ ਗਿੱਜੇ ਵਿਚਾਰੀਆਂ ਕਿੱਥੋਂ ਹੋਣੀਆਂ ਹੁਣ ਕੀ ਪਤਾ ਜਿੱਦੀਆਂ ਬੈਠੀਆਂ ਤੁਹਾਡੇ ਰਾਹੀ ਤੁਹਾਡੇ ਤਰ੍ਹਾਂ ਦੀਆਂ ਕੰਧ ਗੱਲ ਕੰਧ ਤੀ ਕਿਤੇ ਮੇਰੀ ਭੈਣ ਕੇ ਹਾਣ ਕਿ ਜਿਵੇਂ ਤੇ ਕਿਤੇ ਛੋਟੀ ਕਲੋ ਅੱਛਾ ਲੱਛੂ ਰਾਮ ਚੰਦ ਬਾਬੂ ਅੱਛਾ ਖਬਰੋਂ ਹੈਗੇ ਆ ਕਿ ਨਾ ਹੋਣਗੇ ਜੇ ਤੁਸੀਂ ਰੱਬ ਕੀਤੇ ਤੇ ਤੁਹਾਡੀ ਜ਼ਿੰਦਗੀ ਵਿੱਚ ਕੀ ਪਤਾ ਉੱਥੇ ਵੀ ਬੈਠੇ ਹੋਣ ਇਹ ਕੋ ਬੰਦੇ ਨੂੰ ਪਤਾ ਰੱਬ ਦੇ ਕੰਮਾਂ ਦਾ ਬਾਣੀਆਂ ਦੇ ਹਿੰਦੂ ਜੱਟ ਕੋਈ ਨਹੀਂ ਤਾਂ ਅੱਛਾ ਇੱਕ ਪੰਜ ਚਾਰ ਘਰ ਚੂੜਿਆਂਗੇ ਚਵਾਰਾਂਗੇ ਤੇ ਹਾਂ ਹਾਂ ਬਸ ਆ ਇੱਕ ਘਰ ਚੂੜਿਆਂਗਾ ਤਾਂ ਅੱਛਾ ਹੋਰ ਚੂੜਾਂਗੇ ਦੋ ਘਰ ਹਿੰਦੂਆਂ ਦੇ ਤੇ ਹੋਰ ਕੋਈ ਨਹੀਂ ਤਾਂ ਅੱਛਾ ਫਿਰ ਇਹ ਦੱਸੋ ਵੀ ਤੁਹਾਡਾ ਵਿਆਹ ਪਾਕਿਸਤਾਨ ਬਣਨ ਤੋਂ ਪਹਿਲੇ ਹੋ ਗਿਆ ਸੀਗਾ ਹੈ ਤੁਹਾਡਾ ਵਿਆਹ ਪਾਕਿਸਤਾਨ ਬਣਨ ਤੋਂ ਪਹਿਲੇ ਹੋ ਗਿਆ ਸੀਗਾ ਮਾਰਾ ਵਿਆਹ ਹੋਇਆ ਇਹਦਾ ਵੀ ਮੇਰਾ ਵੀ 3 ਸਾਲ ਉੱਜਣ ਤੋਂ ਪਹਿਲਾਂ 3 ਸਾਲ ਉੱਜਣ ਤੋਂ ਪਹਿਲਾਂ ਹਾਂ ਅੱਛਾ ਫਿਰ 3 ਸਾਲ ਦੇ ਪਿੱਛੋਂ ਫਿਰ ਮੁਕਲਾਵੇ ਜਾਣਾ ਤੇ ਤੁਸੀਂ ਵਿਆਹ ਕੇ ਕਿੱਥੇ ਗਏ ਸੀਗੇ ਹੈ ਵਿਆਹ ਕੇ ਕਿੱਥੇ ਗਏ ਸੀਗੇ ਕੰਜਾਰੀ ਕੰਜਾਰੀ ਅੱਛਾ ਨੂਰਮਾ ਹੁੰਦਾ ਜਿੱਥੇ ਇਹ ਆ ਠੀਕ ਆ ਤੇ ਤੁਹਾਡੇ ਸਹੁਰੇ ਦਾ ਕੀ ਨਾਂ ਸੀ ਕਾਸਮ ਹਾਸਮ ਹਾਸਮ ਦਾ ਹੈ ਹਾਸਮ ਤੇ ਸੱਸ ਦਾ ਕੀ ਨਾਂ ਸੀ ਜੰਤ ਤੇ ਤੁਹਾਡੇ ਨਾਲ ਚੰਗਾ ਸੀਗਾ ਵਰਤਾਓ ਕਰਦੇ ਸੱਸ ਸਹੁਰਾ ਮੈਂ ਤਾਂ ਛੋਟੀ ਸਾਰਿਆਂ ਦੇ ਮੈਂ ਉਜਾੜੇ ਮੈਂ ਤਾਂ ਆਈ ਹਾਂ ਹਾਂ 2 ਸਾਲ ਰਹੇ ਹਾਂ ਉੱਜੜ ਕਾ ਮਰ ਗਈ ਵਿਚਾਰੀ ਅੱਛਾ ਮੇਰੀ ਗੱਲ ਕੀ ਕਰਨਾ ਤੁਹਾਨੂੰ ਹਾਂ ਕੁਛ ਨਹੀਂ ਠੀਕ ਆ ਫਿਰ ਤੁਹਾਡੇ ਵਿਆਹ ਤੇ ਫਿਰ ਦਾਜ ਤਾਂ ਦਿੱਤਾ ਹੋਣਾ ਤੁਹਾਡੇ ਇੱਥੇ ਤਾਂ ਮੇਰਾ ਹਾਂ ਬਹੁਤ ਚੰਗਾ ਤਾਂ ਹਾਂ ਦਾਜ ਦੇ ਆ ਸੰਦੂਖਾਂ ਗਈਆਂ ਲੱਕੜੀ ਦੀਆਂ ਇਹਨੂੰ ਪਤਾ ਹੀ ਆ ਅੱਛਾ ਸਭ ਕੁਛ ਦੇ ਆ ਹਾਂ ਟੁੰਮਾਂ ਪਾਈਆਂ ਠੀਕ ਆ ਅਸੀਂ ਕਿਹੜਾ ਮਾੜੇ ਘਰ ਕੀ ਜੀ ਨਹੀਂ ਮਾਸ਼ਾਅੱਲਾ ਠੀਕ ਆ ਹਾਂ ਅੱਛਾ ਆਹੀ ਬੈਠੇ ਆ ਮੇਰੇ ਮਾਪੇ ਅੱਛਾ ਆ ਘਰ ਸਾਹਮਣੇ ਠੀਕ ਆ ਜੀ ਹਾਂ ਫਿਰ ਦੱਸੋ ਕਿ ਜਦੋਂ ਫਿਰ ਉਜਾੜੇ ਤੋਂ ਉੱਥੇ ਹੋਏ ਜਦੋਂ ਹੱਲੇ ਪਏ ਤੁਹਾਨੂੰ ਪਿੰਡ ਛੱਡਣਾ ਪੈ ਗਿਆ ਪਿੰਡ ਖੁੱਲ੍ਹੇ ਬਾਹਰ ਦਾਦੇ ਪੜਦਾਦਿਆਂ ਦੀਆਂ ਚੀਜ਼ਾਂ ਅੱਛਾ ਕੁਛ ਨਹੀਂ ਚੱਕਣਾ ਉੱਥੇ ਇਸ ਵਾਰ ਬਸ ਕੰਪ ਲੱਗ ਗਿਆ ਕਿਤੇ 2-3 ਕਮੀਲ ਪਰ ਅੱਛਾ ਉੱਥੇ 8-10 ਪਿੰਡਾਂ ਦੇ ਕੰਪ ਲੱਗਿਆ ਹੈ ਤਾਂ ਅੱਛਾ ਕੋਈ ਪੈਰਾ ਪੂਰਾ ਨਹੀਂ ਤਾਂ ਡਰਦਾ ਕੋਈ ਬਾਹਰ ਨਹੀਂ ਨਿਕਲੇ ਤਾਂ ਠੀਕ ਆ ਫਿਰ ਇਹ ਡੋਗਰੇ ਜੇ ਗਏ ਉਹਨਾਂ ਦੇ ਫਿਰ ਸਾਨੂੰ ਇਹਨੇ ਕੰਪ ਠਾਲਿਆ ਤੁਰਕਾ ਫਿਰ ਜਦੋਂ ਜਿਸ ਤਰ੍ਹਾਂ ਨਾ ਲਓ ਉੱਥੇ ਜਾਈਏ ਲਾਹੌਰ ਇੰਨੀ ਦੂਰ ਤੁਰਕਾ ਗਏ ਠੀਕ ਆ ਕਿਸੇ ਵਾ ਗੱਡਾ ਭੱਡਾ ਥਾ ਕਿਸੇ ਵਾ ਨਹੀਂ ਤਾਂ ਜਦ ਕਿਹੜਾ ਲਾਰੀਆਂ ਮੋਟਰਾਂ ਦੀਆਂ ਥਾ ਤੇ ਤੁਸੀਂ ਵੀ ਗੱਡਾ ਗੁੱਡਾ ਲੈ ਕੇ ਆਏ ਸੀਗੇ ਜਦ ਅਸੀਂ ਸਵਾਦ ਆਏ ਨਾ ਉੱਥੇ ਤੀਵੀਆਂ ਦੇ ਤਲਾਸ਼ੀਆਂ ਲਏ ਅੱਛਾ ਆਦਮੀਆਂ ਕੇ ਲਏ ਕਿਸੇ ਵਾ ਟੁੰਮਾ ਟੁੰਮਾ ਛੱਡੀਆਂ ਤੇ ਅੱਛਾ ਜਿਸ ਵਾ ਠੀਕ ਹੋਈ ਨਹੀਂ ਹੋਰ ਕੋਈ ਸ਼ੈ ਨਹੀਂ ਛੱਡੀ ਅੱਛਾ ਗੱਡੇ ਬਰਦ ਸਭ ਕੁਛ ਖੋਲਿਆ ਤਾ ਖੋਲਿਆ ਤਾ ਅੱਛਾ ਬਸ ਜਦ ਤੁਰਨ ਲੱਗੇ ਹਾਂ ਮਹੀਨੇ ਪਿੱਛੋਂ ਲਵੇ ਨੂੰ ਰਾਮ ਕੰਡਾ ਪਾਣੀ ਦਾ ਚੱਲੇ ਦਾ ਫਿਰ ਉਹਦੇ ਪਰ ਬੈਠੇ ਰਹੇ ਕੰਡੇ ਪਰ ਅੱਛਾ ਜਿੱਦਣ ਤੁਰਨ ਲੱਗੇ ਉੱਦਣ ਕਿਹਾ ਵੀ ਚੱਕ ਲਓ ਜਿਹੜਾ ਕੁਛ ਖਾਇਆ ਤੁਹਾਡੇ ਮਨ ਕੀ ਹੋਣਾ ਉਹਦਾ ਮਾਲ ਗੱਡੀ ਦੇ ਵਿੱਚ ਬਿਠਾ ਲਏ ਅੱਛਾ ਮਾਲ ਗੱਡੀ ਆ ਕੇ ਕਸੂਰ ਖੜ ਗਈ ਠੀਕ ਆ ਅਸੀਂ ਕਿਹਾ ਉੱਥੇ ਤੇ ਹੁਣ ਮਾਰਾਂਗੇ ਉੱਥੋਂ ਤਾਂ ਕਿਤੇ ਲੁਕ ਜਾਂਦੇ ਹੁਣ ਇਹਦੇ ਮੰਦੇ ਤਾਂ ਕਿਤੇ ਨਹੀਂ ਜਾਣਾ ਕੋਈ ਨਿਆਣਾ ਵੀ ਨਹੀਂ ਰੋਵੇ ਤਾਂ ਡਰਦਾ ਭੁੱਖ ਨਹੀਂ ਕਹੇ ਤਾਂ ਮਨ ਭੁੱਖ ਲੱਗੀ ਹੋਈ ਬੱਚੇ ਨਾ ਫਿਰ ਕਹਿਣ ਲੱਗੇ ਵੀ ਜਿਹੜੀ ਕਿਸਾਨ ਆਵੇਗੀ ਗੁਜਰਾਤ ਤੇ ਗੱਡੀ ਜੇ ਉਹ ਲੰਘ ਗਈ ਠੀਕ ਆ ਫਿਰ ਤਾਂ ਇਹ ਵੀ ਲੰਘ ਜੂ ਠੀਕ ਆ ਜੇ ਉਹ ਵੱਢ ਟੁੱਕਦੀ ਤਾਂ ਇਹ ਵੀ ਵੱਢ ਟੁੱਕ ਜਾਂਦੀ ਠੀਕ ਆ ਫਿਰ ਉੱਥੋਂ ਸਾਨੂੰ ਸਰਗੋਦਾ ਲਾਇਆ ਜਾ ਅੱਛਾ ਜਦ ਆਏ ਪਹਾੜ ਮੰਨ ਕੇ ਲਖਾਉਣ ਜਿਵੇਂ ਮਰ ਜਾਵੇ ਭੁੱਖੇ ਉਹ ਪਹਾੜਾਂ ਮੈਂ ਕੀ ਕਰਨਾ ਠੀਕ ਆ ਲਾਏ ਤੇ ਉੱਥੇ ਹੀ ਮਰ ਜਾਂਦੇ ਉੱਥੇ ਲਾ ਦੇ 3 ਦਿਨ ਸੜਕ ਪਰ ਬੈਠੇ ਰਹੇ
ਅੱਛਾ ਫਿਰ ਆ 46 ਮਾ ਮੇਰਾ ਸੌਰਾ ਵਿਆਹ ਹੋਇਆ ਤਾਂ ਅੱਛਾ ਆ 46 ਆ ਜਿਹੜੀ ਕਰਮੋ ਵਾਲੀ ਹਾਂ ਹਾਂ ਇਹ ਤੇ ਮੇਰਾ ਸੌਰਾ ਵਿਆਹ ਹੋਇਆ ਤਾਂ ਅੱਛਾ ਫਿਰ ਉਹਦਾ ਮਾਨੂੰ ਇਹਨਾਂ ਨੇ 2 ਸਾਲ ਰੱਖਿਆ ਅੱਛਾ 2 ਸਾਲ ਹਾਂ ਫਿਰ ਉੱਥੇ ਰਹੇ ਫਿਰ ਚੂੜੀਆਂ ਗਈਆਂ ਕੋਠੜੀਆਂ ਮਿਲ ਗਈਆਂ ਅੱਛਾ ਮੁੱਲ ਲੈ ਲਈਆਂ ਕਿਸੇ ਹਾਂ ਹਾਂ ਅਸੀਂ ਤਾਂ ਮੁੱਲ ਲਈਆਂ ਲੋਕਾਂ ਨੂੰ ਤਾਂ ਰੋਕ ਵੀ ਲਈਆਂ ਸੀ ਹਾਂ ਕੀ ਗੱਲਾਂ ਕਰਦੀਆਂ ਪੁੱਤ ਤੇ ਫਿਰ ਤੁਹਾਡੇ ਜਿਹੜੇ ਪਿੱਛੇ ਬਜ਼ੁਰਗ ਜ਼ਮੀਨਾਂ ਮਕਾਨ ਛੱਡ ਕੇ ਆਏ ਸੀਗੇ ਉਹਦੇ ਬਦਲੇ ਤੇ ਇੱਥੇ ਕੁਛ ਨਹੀਂ ਲਿਆ ਕੁਛ ਅਸੀਂ ਕੁਛ ਨਹੀਂ ਲਿਆ ਐਲਾਨ ਹੋਏ ਤੇ ਹਾਂ ਹਾਂ ਕਹਿਣ ਲੱਗੇ ਕੀ ਮਿਲਣਾ ਕਹਿੰਦੇ ਵੀ ਜਿੰਨੇ ਖਾਣਾ ਤੁਹਾਡੇ ਇੰਨੇ ਫਲਾਣੀਆਂ ਢਿੰਕੀਆਂ ਕਿਸੇ ਨੇ ਲਿਆ ਹਾਂ ਕੋਈ ਸ਼ਾਇ ਨਹੀਂ ਅੱਛਾ ਉਹ ਰੱਬ ਨੇ ਦਿੱਤੇ ਬੰਦ ਅੱਛਾ ਅਸੀਂ ਨਹੀਂ ਕਿਸੇ ਦਾ ਦੇਖਿਆ ਪਿਛਲਾ ਕੋਈ ਸ਼ਾਇ ਨਹੀਂ ਦੇਖੀ ਅੱਛਾ ਬਥੇਰੇ ਛੱਡ ਕੇ ਇੰਨੇ ਮਾਰਿਆ ਮਾਰੂ ਜ਼ਮੀਨਾਂ ਅੰਤ ਨੇ ਦਾ ਟਿੱਬੇ ਢਾਹੇ ਸਾਹੀ ਮਿਲੀ ਆ ਜਿਹੜੀ ਅੱਛਾ ਤੇ ਜਿਹੜਾ ਤੁਹਾਡਾ ਕੈਂਪ ਕਿੱਥੇ ਲੱਗਾ ਸੀਗਾ ਪਹਿਲੇ ਜਦੋਂ ਤੁਸੀਂ ਪਿੰਡ ਛੱਡਿਆ ਕੰਜਾਰੀ ਜਦ ਮੈਂ ਤਾਂ ਆਪਣੇ ਮਾਪੀ ਗਈ ਹੋਈ ਜੀ ਅੱਛਾ ਮਾਪੇ ਗਏ ਸੀਗੇ ਦੱਸੋ ਨਾ ਫਿਰ ਉੱਥੋਂ ਕਿੱਧਰ ਨੂੰ ਕੈਂਪ 'ਚ ਕਿੱਥੇ ਲੱਗਾ ਸੀਗਾ ਕੰਪ ਰੱਤਾ ਖੇੜਾ ਅੱਛਾ ਰੱਤਾ ਖੇੜਾ ਉੱਥੇ ਕਿੰਨੇ ਕੁ ਦਿਨ ਰਹੇ ਫਿਰ ਕੈਂਪ ਵਿੱਚ ਅਸੀਂ 20-25 ਦਿਨ ਰਹੇ ਅੱਛਾ ਫਿਰ ਉਹਨਾਂ ਦੇ ਫੌਜ ਗਏ ਅੱਛਾ ਉਹ ਸਾਨੂੰ ਲੈ ਕੇ ਸਮਾਧ ਗਏ ਅੱਛਾ ਫਿਰ ਉੱਥਾ ਮਹੀਨਾ ਸਾਰਾ ਕੰਪ ਲੱਗਿਆ ਉਹਦੇ 'ਤੇ ਜਾਏ ਕਰਾਂ ਜਹਾਜ਼ ਕੁਛ ਨੰਗਾ ਪਿਆ ਉਹਦੇ ਪਰ ਗੇਰਦੇ ਕਰਾਂ ਕੱਪੜਾ ਅੱਛਾ ਜਿਹੜੇ ਕੋਈ ਖਾਣ ਪੀਣ ਵਾਲੀ ਚੀਜ਼ ਅੱਲਾ ਵਾਸਤਾ ਉਹਦੇ 'ਤੇ ਜਾਂਦੇ ਹਾਂਜੀ ਹਾਂਜੀ ਤਾਂ ਉੱਥੇ ਫਿਰ ਮਾਲ ਗੱਡੀ ਮਿਲ ਜਾਏ ਅੱਛਾ ਛੱਡਿਆ ਕੁਛ ਨਹੀਂ ਤਾਂ ਕੋਲ ਮਾਰੇ ਤੇ ਤੁਹਾਡੇ ਜਿਹੜੀ ਉੱਥੋਂ ਕੋਈ ਪਿੱਛੇ ਤੁਹਾਡੇ ਸਹੇਲੀਆਂ ਜਾਂ ਕੋਈ ਤੁਹਾਡੇ ਘਰ ਦੇ ਜਿਹੜੇ ਖੈਰ ਖਾ ਹੋਣਗੇ ਕਿਉਂ ਮਦਦ ਕਰਨ ਲਈ ਕੋਈ ਨਹੀਂ ਆਇਆ ਪਿੱਛੇ ਮਦਦ ਕੀ ਨੇ ਕਰਨੀ ਤੇ ਅਗਲੇ ਨੇ ਮਰਨਾ ਤਾਂ ਮੇਰਾ ਪਿਓ ਤਾਂ ਟੁੰਮਾ ਰੱਖਿਆ ਆ ਉਹ ਨਹੀਂ ਅਸੀਂ ਲੈਣ ਗਏ ਡਰਦੇ ਅੱਛਾ ਬਾਣੀਏ ਕੋਲ ਬਾਲ ਗਈ ਬਾਣੀਆਂ ਵੀਹ ਪਰ ਰਹੇ ਤਾਂ 20 ਪਰ ਆਵਾਂ ਨੇ ਕਰੋ ਵੀਹ ਪਰ ਠੀਕ ਆ ਐਡਾ ਡੱਬਾ ਭਰਿਆ ਹੋਇਆ ਮੇਰੀ ਬਿੰਦੀ ਆਹਰੇ ਤੀ ਤਾਂ ਸਿਉਨੇ ਗਿਆ ਟੁੰਮਾ ਦਾ ਡੱਬਾ ਭਰਿਆ ਹੋਇਆ ਉੱਥੇ ਰੱਖਿਆ ਵੀ ਜਿਉਂਦਾ ਰਹੇਗਾ ਕੋਈ ਲੈ ਲਓ ਮਰ ਗਏ ਉਹਨੇ ਬਥੇਰੇ ਖੱਤ ਪਾਏ ਵਿਚਾਰੇ ਨੇ ਹੁਣ ਤਾਂ ਟੈਲੀਫੋਨ ਆ ਜਦ ਖੱਤ ਤੇ ਅੱਛਾ ਕੋਈ ਨਹੀਂ ਗਏ ਡਰਦੇ ਵੀ ਟੁੰਮਾ ਲੈਣ ਗਏ ਹੁਣ ਕੋਈ ਮਾਰਦੇ ਅੱਛਾ ਅੱਛਾ ਪੁੱਤ ਜਿਉਂਦਾ ਰਹੇ ਹੁਣ ਕਦੀ ਉਹ ਵੇਲਾ ਯਾਦ ਆਵੇ ਤੇ ਕੀ ਮਹਿਸੂਸ ਹੁੰਦਾ ਰਾਤ ਨੂੰ ਪਈ ਨੂੰ ਜਣੀ ਨਹੀਂ ਹੋ ਜਾ ਜਿਸ ਤਰ੍ਹਾਂ ਕੰਨਾਂ ਨਾਲ ਵਾਲ ਆਉਂਦੇ ਨੇ ਇੱਕ ਬਿੰਦਵਾਂ ਚਲੀ ਜਾ ਉੱਥੇ ਸਾਰੇ ਖੇਤਾਂ ਪਿੰਡਾਂ ਸਭ ਫਿਰਾਂ ਫਿਰ ਆਉਂਦੇ ਹੈ ਹੈ ਪਿੰਡ ਫਿਰ ਆਉਂਦੇ ਹਾਂ ਹਾਂ ਘਰ ਵੀ ਚਲੇ ਜਾਂਦੇ ਹਾਂ ਘਰ ਵਿੱਚ ਕੀ ਕੀ ਨਜ਼ਰ ਆਉਂਦਾ ਆਪਣੇ ਘਰ ਵਿੱਚ ਪਿੱਛੇ ਜਿਸ ਤਰ੍ਹਾਂ ਆਪਣਾ ਘਰ ਤਾਂ ਉੱਥੇ ਨਹੀਂ ਦਿਖੇਗਾ ਹੁਣ ਪਤਾ ਕੀ ਲੱਗਿਆ ਹੋਇਆ ਉਹ ਗੱਲ ਆ ਜਾ ਅੱਛਾ ਹਾਂ ਜੇ ਤੁਹਾਨੂੰ ਆਪਣਾ ਘਰ ਉੱਥੇ ਖੜਾ ਲੱਭ ਦਿਖ ਜਾਵੇ ਤਾਂ ਫਿਰ ਪਛਾਣ ਲਓਗੇ ਲੈ ਮਰ ਤਾਂ ਐਡਾ ਬਰੌਂਟਾ ਤਾਂ ਹਾਂ ਪੰਜ ਗਜ ਵੀ ਪੱਗ ਆਏ ਗਏ ਤੇ ਪੁੱਛਣਾ ਇਹਨੂੰ ਮੂਹਰਾ ਅੱਛਾ ਆ ਸਾਰਾ ਖਿੰਡਿਆ ਆਪਣਾ ਪਿੰਡ ਨਾ ਵੀ ਯਾਦ ਆ ਵਾ ਹਾਂ ਹਾਂ ਅੱਲਾ ਤਾਲਾ ਤੁਹਾਡੀ ਹਿਆਤੀ ਕਰੇ ਕੱਢਦੇ ਠੀਕ ਆ ਕੋਈ ਨਹੀਂ ਮਿਲੋਗੇ ਬੜੀ ਉੱਥੇ ਸਰਦਾਰਾਂ ਜੀ ਦੀ ਬੈਠੀ ਆ ਰੌਣੀ ਦੀ ਉਹ ਜਿਹੜਾ ਰੁਕਨ ਦੀਨ ਨਹੀਂ ਹੈਗਾ ਮਲਕ ਰੁਕਨ ਦੀਨ ਉਹ ਉਸਦੀ ਬੀਵੀ ਬੈਠੀ ਆ ਉੱਥੇ ਜੀਂਦੀ ਬਸ ਕੀ ਆ ਹੁਣ ਜਾੜੇ ਪੈ ਗਏ ਮਹੀਨਾ ਪਿੱਛਾ ਤੇ ਮੇਲੇ ਮੋਲੇ ਤਾਂ ਨਹੀਂ ਸੀ ਜਾਂਦੇ ਹੈ ਮੇਲਿਆਂ ਤਾਂ ਕੋਈ ਨਹੀਂ ਸੀ ਲੈ ਕੇ ਜਾਂਦਾ ਮੇਰਾ ਪਿਓ ਨਹੀਂ ਜਾਣਦੇ ਹੈ ਤਾਂ ਹਾਂ ਨੰਬਰਦਾਰ ਦਾ ਅੱਛਾ ਉਹ ਤਾਂ ਕਿਤੇ ਨਹੀਂ ਜਾਣਦੇ ਤਾਂ ਕਿਸੇ ਦੀ ਲੜਾਈ ਪੈਂਦੀ ਹੋ ਤੀਵੀਂ ਆ ਵੀ ਤਾਂ ਨਹੀਂ ਜਾਣਦੇ ਹੈਗਾ ਕਹਿੰਦੇ ਤਾਂ ਵੀ ਸਿੱਖ ਜਾਣਗੀਆਂ ਆਪਣੇ ਮੁਸਲਮਾਨ ਨਹੀਂ ਤੇ ਜਾਂਦੇ